Shamadan. ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾਨੀਆਂ ਲਈ ਕੰਨੀ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮ ਦੀ। ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੁਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ। ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੁਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜ੍ਹਨ ਨੂੰ ਮਿਲ ਜਾਂਦੀਆਂ ਨੇ। ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੁਡੇ ਦਾ ਫੇਸਬੁੱਕ ਪੇਜ, ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤਮਾਮ ਅਪਡੇਟਸ ਜਿਹੜੀਆਂ ਮਿਲ ਜਾਣ। ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੁਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ। ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਕੀ ਕਹੀਏ, ਇਸ ਵੇਲੇ ਬੜੀਆਂ ਚਰਚਾਵਾਂ ਨੇ, ਬਹੁਤ ਕੁਛ ਫੇਸਬੁੱਕ 'ਤੇ ਹੋ ਰਿਹਾ। ਹਰਿੰਦਰ ਸਿੰਘ ਖਾਲਸਾ ਚੌਂਕੀਦਾਰ ਹਰਿੰਦਰ ਸਿੰਘ ਬਣ ਕੇ ਨੇ, ਬਹੁਤ ਟ੍ਰੇਲ ਹੋ ਰਹੇ ਨੇ ਸੋਸ਼ਲ ਮੀਡੀਆ ਤੇ। ਨਹੀਂ ਹੁਣ ਤਾਂ ਚੌਂਕੀਦਾਰ ਤੋਂ ਨਿਕਰਧਾਰੀ ਬਣ ਗਏ ਜੀ। ਅੱਛਾ, ਚੌਂਕੀਦਾਰ ਤਾਂ ਉਧਰ ਸੀ ਨਾ, ਦੂਜੇ ਪਾਸੇ ਜੇ ਆਪਾਂ ਸਹੀ ਮਿਹਨਤ ਦੇਖੀਏ ਝਾੜੂ ਬਰਦਾਰ ਝਾੜੂ ਬਰਦਾਰ ਤੋਂ ਫਿਰ ਇਧਰਲੇ ਪਾਸੇ ਨਿਕਰਧਾਰੀ ਬਣ ਗਏ, ਤੇ ਨਿਕਰਧਾਰੀ ਤੋਂ ਬਾਅਦ ਹੁਣ ਚੌਕੀਦਾਰ ਮੂਹਰੇ ਲਾਉਣਾ ਕਿ ਨਹੀਂ ਲਾਉਣਾ, ਅਜੇ ਉਹਨਾਂ ਨੇ ਮੇਰਾ ਕਹਿੰਦੇ ਫੈਸਲਾ ਨਹੀਂ ਕੀਤਾ ਵੀ ਚੌਕੀਦਾਰ ਲਾਉਣਗੇ ਕਿ ਨਹੀਂ ਲਾਉਣਗੇ। ਪਰ ਭਗਵਾ ਰੰਗ ਜਿਹੜਾ ਜੀ ਉਹਨਾਂ ਨੇ ਪਹਿਨ ਲਿਆ, ਪੱਗ ਦਾ ਰੰਗ ਹੁਣ ਬਿਲਕੁਲ। ਹਾਂਜੀ ਹਾਂਜੀ ਜੀ ਹਾਂ। ਇਸ ਜੇ ਆਪਾਂ ਦੇਖੀਏ ਤਾਂ ਹਰਿੰਦਰ ਸਿੰਘ ਖਾਲਸਾ ਪਹਿਲੀ ਵਾਰੀ ਚਰਚਾ 'ਚ ਉਦੋਂ ਆਏ ਸੀ ਜਦੋਂ 1984 ਦੇ ਆਪਰੇਸ਼ਨ ਬਲਿਊ ਸਟਾਰ ਦੇ ਖਿਲਾਫ ਇਹਨਾਂ ਦੇ ਅਸਤੀਫੇ ਦੀ ਖਬਰ ਆਈ ਸੀ ਕਿ ਇੰਡੀਅਨ ਫਾਰਨ ਸਰਵਿਸ ਦੇ ਇੱਕ ਅਫਸਰ ਨੇ ਅਸਤੀਫਾ ਦਿੱਤਾ ਜਿਹੜਾ ਨਾਰਵੇ ਦੇ ਵਿੱਚ ਤੈਨਾਤ ਸੀ, ਉਹਨੇ ਇਸ ਕਰਕੇ ਅਸਤੀਫਾ ਦਿੱਤਾ ਕਿਉਂਕਿ ਉਹਦਾ ਹਿਰਦਾ ਬਲੂੰਦਰਿਆ ਗਿਆ ਜੀ। ਅਤੇ ਬਲੂੰਦਰਿਆ ਕਿਉਂ ਗਿਆ? ਕਹਿੰਦੇ ਇਸ ਕਰਕੇ ਬਲੂੰਦਰਿਆ ਗਿਆ ਕਿਉਂਕਿ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਕੰਪਲੈਕਸ ਦੇ ਉੱਤੇ ਚੜ੍ਹਾਈ ਕਰਤੀ। ਚਲੋ, ਲੋਕਾਂ ਨੇ ਬਹੁਤ ਉਸ ਵੇਲੇ ਇਸ ਗੱਲ ਦੇ ਉੱਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਚਲੋ ਇਹੋ ਜਿਹੀ ਜਾਗਦੀ ਜ਼ਮੀਰ ਵਾਲੇ ਬੰਦੇ ਵੀ ਹੈਗੇ ਜਿਹੜੇ ਅਸਤੀਫੇ ਦੇਣੇ ਸ਼ੁਰੂ ਕਰਤੇ। ਵੈਸੇ ਜੇ ਆਪਾਂ ਅਸਤੀਫਿਆਂ ਦੀ ਗੱਲ ਕਰੀਏ ਤਾਂ ਉਦੋਂ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਅਸਤੀਫੇ ਦਿੱਤੇ ਸੀ, ਕਈਆਂ ਨੇ ਆਪਣੇ ਜਿਹੜੇ ਹੈਗੇ ਆ ਅਵਾਰਡ ਵਾਪਸ ਕੀਤੇ ਸੀ ਜੀ, ਜਿਵੇਂ ਸਰਦਾਰ ਖੁਸ਼ਵੰਤ ਸਿੰਘ ਵਰਗੇ ਹੈ। ਸਾਡੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਸ ਵੇਲੇ ਲੋਕ ਸਭਾ ਦੇ ਮੈਂਬਰ ਸੀ, ਔਰ ਇਹਨਾਂ ਨੇ ਵੀ ਅਸਤੀਫਾ ਦਿੱਤਾ ਸੀ, ਅਤੇ ਇਹਨਾਂ ਨੇ ਕਾਂਗਰਸ ਪਾਰਟੀ ਤੋਂ ਵੀ ਅਸਤੀਫਾ ਦਿੱਤਾ ਸੀ, ਬਾਅਦ ਵਿੱਚ ਅਕਾਲੀ ਦਲ ਜੁਆਇਨ ਕਰ ਲਿਆ ਸੀ ਜੀ। ਅਤੇ ਇਹ ਕਿਉਂਕਿ ਖਾਲਸਾ ਜੀ ਤਾਂ ਇੱਕ ਗਰੀਬ ਘਰਾਣੇ ਨਾਲ ਸੰਬੰਧਿਤ ਹੈ, IFS ਦੇ ਅਹੁਦੇ ਤੋਂ ਅਸਤੀਫਾ ਦੇਣਾ ਛੋਟੀ ਮੋਟੀ ਗੱਲ ਬਹੁਤ ਵੱਡੀ ਗੱਲ ਸੀ, ਉਦੋਂ ਕਹਿੰਦੇ ਸੀ ਰਾਜਦੂਤ ਹੈ ਰਾਜਦੂਤ ਹੈ। ਅਤੇ ਫਿਰ ਅਸਤੀਫਾ ਦੇਣ ਤੋਂ ਬਾਅਦ ਭਾਰਤ ਨਹੀਂ ਸੀ ਆਏ, ਇਹ ਉੱਧਰ ਹੀ ਰਹਿ ਪਏ ਸੀ। ਬਾਅਦ ਦੇ ਵਿੱਚ ਇਹ ਵੀ ਖਬਰਾਂ ਆਈਆਂ ਜਦੋਂ ਬਠਿੰਡੇ ਤੋਂ ਇਹਨਾਂ ਨੇ ਚੋਣ ਲੜੀ 1996 ਦੇ ਵਿੱਚ ਕਿ ਖਾਲਸਾ ਜੀ ਨੇ ਆਪਣਾ ਇੱਕ ਢਾਬਾ ਵੀ ਕੀਤਾ ਹੋਇਆ ਸੀ, ਮੈਨੂੰ ਨਹੀਂ ਪਤਾ ਢਾਬਾ ਕੀਤਾ ਹੋਇਆ ਕਿ ਨਹੀਂ ਹੋਇਆ। ਉਦੋਂ ਜਦੋਂ ਇਹ ਸਾਰੀਆਂ ਖਬਰਾਂ ਆਈਆਂ ਅਤੇ ਉਸ ਵੇਲੇ ਹੁਣ ਤੁਸੀਂ ਯਾਦ ਕਰੋ, ਮੇਰੇ ਯਾਦ ਆ ਚੰਗੀ ਤਰ੍ਹਾਂ, ਉਦੋਂ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਇਹ ਗੱਲਾਂ ਵੀ ਆਈਆਂ ਸੀ ਕਿ ਹਰਿੰਦਰ ਸਿੰਘ ਖਾਲਸਾ ਨੇ ਧਾਰਮਿਕ ਜਿਹੜੀ ਹੈਗੀ ਹੈ ਭਾਵਨਾਵਾਂ ਦੇ ਤਹਿਤ ਹਰਿਮੰਦਰ ਸਾਹਿਬ ਕੰਪਲੈਕਸ ਦੇ ਉੱਤੇ ਜਿਹੜਾ ਹਮਲਾ ਹੋਇਆ ਜੀ, ਉਹਦੀ ਬਦੌਲਤ ਨਹੀਂ ਅਸਤੀਫਾ ਦਿੱਤਾ। ਉਹ ਕਹਿੰਦੇ ਸੀ ਕਿ ਇਹਦੇ ਖਿਲਾਫ ਬੜੇ ਗੰਭੀਰ ਚਾਰਜ ਸੀ। ਅੱਛਾ ਜੀ। ਔਰ ਇਹਦੀ ਡਿਸਮਿਸਲ ਲਗਭਗ ਤਿਆਰ ਸੀਗੀ, ਬਸ ਉਹ ਬਹਾਨਾ ਬਣ ਗਿਆ ਕਿ ਇਹ ਗੱਲ ਬਣ ਗਈ ਤੇ ਆਪਾਂ ਠੀਕ ਹੈ, ਅਸਤੀਫਾ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਇੱਕਦਮ ਉਹ ਸਿੱਖ ਭਾਈਚਾਰੇ ਦੀਆਂ ਅੱਖਾਂ ਦੇ ਤਾਰੇ ਬਣ ਗਏ। 1996 ਚ ਚੋਣ ਹੁੰਦੀ ਹੈ ਤੇ ਅਕਾਲੀ ਦਲ ਨੇ ਇਹਨਾਂ ਨੂੰ ਬਠਿੰਡੇ ਤੋਂ ਦੇਤੀ ਟਿਕਟ। ਬਠਿੰਡੇ ਤੋਂ ਟਿਕਟ ਦਿੱਤੀ, ਬਠਿੰਡੇ ਦੇ ਲੋਕਾਂ ਦਾ ਤੁਹਾਨੂੰ ਪਤਾ ਵੀ ਆਪਣੇ ਲੋਕ ਬੜੇ ਜਜ਼ਬਾਤੀ ਹੈ ਜੀ, ਤੇ ਲਗਭਗ 92,000 ਵੋਟਾਂ ਦੇ ਫਰਕ ਨਾਲ ਬਠਿੰਡੇ ਦੇ ਲੋਕਾਂ ਨੇ ਇਹਨਾਂ ਨੂੰ ਜਿਤਾਤਾ ਸੀ। ਇਹ ਬਠਿੰਡੇ ਦੀ ਪ੍ਰਤੀਨਿਧਤਾ ਕਰਦੇ ਰਹੇ। ਅਕਾਲੀ ਦਲ ਨੇ ਕਿਉਂਕਿ ਹਮਾਇਤ ਕਰਤੀ ਸੀਗੀ
ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ 96 ਵੇਲੇ ਕਰਤੀ ਸੀ, 13 ਦਿਨਾਂ ਲਈ ਪ੍ਰਧਾਨ ਮੰਤਰੀ ਬਣ ਗਏ ਸੀ ਵਾਜਪਾਈ ਸਾਹਿਬ। ਬਾਅਦ ਦੇ ਵਿੱਚ ਜਿਹੜੀ ਵਾਜਪਾਈ ਸਾਹਿਬ ਦੀ ਸਰਕਾਰ ਬਣੀ ਤੇ ਉਸ ਸਰਕਾਰ ਨੇ ਫਿਰ ਇਹਨਾਂ ਨੂੰ SC ST ਕਮਿਸ਼ਨ ਦਾ ਵੀ ਚੇਅਰਮੈਨ ਮੈਂਬਰ ਲਾਤਾ ਸੀ। ਉਹ ਵੀ ਇੱਕ ਵਜ਼ੀਰ ਵਰਗੀ ਪੋਸਟ ਹੁੰਦੀ ਹੈ, ਬੜੀਆਂ ਉਹਦੇ ਵਿੱਚ ਵੀ ਫੈਸਿਲਿਟੀਜ਼ ਹੁੰਦੀਆਂ। ਅਤੇ ਫਿਰ ਇੱਕਦਮ ਚਰਚਾ 'ਚ ਆ ਗਏ ਖਾਲਸਾ ਜੀ ਉਦੋਂ ਜਦੋਂ ਇਹ ਬਠਿੰਡੇ ਵਾਲਿਆਂ 'ਤੇ ਨਾਰਾਜ਼ ਹੋ ਗਏ। ਅੱਛਾ ਜੀ। ਨਾਰਾਜ਼ ਇਸ ਕਰਕੇ ਹੋ ਗਏ ਕਿ ਮਾਝੇ ਵਾਲੇ ਜਦੋਂ ਕਿਸੇ ਨੂੰ ਸਤਿਕਾਰ ਨਾਲ ਬੁਲਾਉਂਦੇ ਆ ਉਹ ਭਾਊ ਕਹਿ ਦਿੰਦੇ ਆ, ਬਜ਼ੁਰਗ ਨੂੰ ਬਾਪੂ ਕਹਿ ਦਿੰਦੇ ਆ, ਅਤੇ ਜਿਹੜੇ ਦੁਆਬੇ ਵਾਲੇ ਆ ਉਹ ਭਾਅ ਜੀ ਕਹਿ ਦਿੰਦੇ ਆ। ਜ਼ਿਆਦਾਤਰ ਪ੍ਰਚਲਿਤ ਸ਼ਬਦ ਜਿਹੜਾ ਦੁਨੀਆਂ ਦੇ ਵਿੱਚ ਉਹ ਭਾਅ ਜੀ ਹੈ। ਅਤੇ ਬਠਿੰਡੇ ਆਹ ਜਿਹੜਾ ਹੈਗਾ ਮਾਲਵੇ ਦਾ ਖਿੱਤਾ, ਖਾਸ ਕਰਕੇ ਜਿੱਥੇ ਬਠਿੰਡਾ ਪੈਂਦਾ ਹੈ, ਇਹ ਜਿਹੜਾ ਖਿੱਤਾ ਇਸ ਖਿੱਤੇ ਦੇ ਵਿੱਚ ਆਪ ਤੋਂ ਵੱਡੇ ਨੂੰ ਜਾਂ ਆਪਦੇ ਪਿਆਰੇ ਸਤਿਕਾਰੀ ਸੱਜਣ ਨੂੰ ਬਾਈ ਜੀ ਕਹਿੰਦੇ। ਅਤੇ ਉਹ ਆਪਣੇ ਕਿਤੇ 5-4 ਬੰਦਿਆਂ ਨੇ ਖਾਲਸਾ ਜੀ ਨੂੰ ਜੋ ਵੀ ਬਾਈ ਜੀ ਇਸ ਤਰ੍ਹਾਂ ਦੀ ਗੱਲ ਐਂ ਹੈ, ਅਤੇ ਖਾਲਸਾ ਜੀ ਤਾਂ ਪੈ ਨਿਕਲੇ। ਇਹ ਕਹਿੰਦੇ ਗਵਾਰ ਕਿਸੇ ਥਾਂ ਦੇ, ਇਹਨਾਂ ਨੂੰ ਬੋਲਣ ਦਾ ਪਤਾ ਨਹੀਂ। ਜਿਨ੍ਹਾਂ ਲੋਕਾਂ ਨੇ ਪਾਰਲੀਮੈਂਟ ਦਾ ਮੈਂਬਰ ਬਣਾਇਆ ਜੀ ਜੀ, ਉਹਨਾਂ ਨੂੰ ਇਹ ਗਵਾਰ ਕਹਿਣ ਵਾਸਤੇ ਚਲੇ ਗਏ ਸੀ ਕਿ ਮੈਨੂੰ ਬਾਈ ਨਾ ਕਹੋ। ਘੱਟੋ ਘੱਟ ਤੁਸੀਂ ਇਸ ਗੱਲ ਦਾ ਵੀ ਅੰਦਾਜ਼ਾ ਇੱਥੋਂ ਲੱਗ ਸਕਦਾ ਕਿ ਬੰਦੇ ਦਾ ਮਾਨਸਿਕ ਪੱਧਰ ਕੀ ਹੈ। ਚਲੋ, ਉਹਨਾਂ ਨੇ ਆਪਣੀ ਟਰਮ ਪੂਰੀ ਕੀਤੀ ਅਤੇ ਦੁਬਾਰਾ ਅਕਾਲੀ ਦਲ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਬੰਦਾ ਬਾਈ ਸ਼ਬਦ ਨੂੰ ਇੰਨੀ ਨਫ਼ਰਤ ਕਰਦਾ ਅਤੇ ਇਹਨੂੰ ਮਾਲਵੇ 'ਚ ਦੁਬਾਰਾ ਟਿਕਟ ਦਿੰਦਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਟਿਕਟ ਫਿਰ ਇਹਨਾਂ ਨੂੰ ਜੀ ਨਾ ਮਿਲੀ, ਪਾਸੇ ਹੋ ਗਏ, ਪਾਸੇ ਹੋ ਗਏ, ਘਰੇ ਰਹਿ ਗਏ ਸੀ ਆਰਾਮ ਨਾਲ। ਫਿਰ ਆਮ ਆਦਮੀ ਪਾਰਟੀ ਵਾਲਾ ਜਦੋਂ ਇੱਕ ਹੁਲਾਰਾ ਆਇਆ ਅਤੇ ਉਸ ਹੁਲਾਰੇ ਦੀ ਜਿਹੜੀ ਹੈਗੀ ਹੈ ਹਵਾ ਇਹਨਾਂ ਨੂੰ ਵੀ ਲੱਗ ਗਈ। ਕੁਝ ਸੱਜਣਾਂ ਨੇ ਇਹਨਾਂ ਦੀ ਮਦਦ ਕੀਤੀ, ਖਾਸ ਕਰਕੇ HS ਫੂਲਕਾ ਸਾਹਿਬ ਨੇ, ਅਤੇ ਇਹਨਾਂ ਨੂੰ ਮਿਲ ਗਈ ਜੀ ਫਿਰ ਲੋਕ ਸਭਾ ਦੀ ਟਿਕਟ ਫਤਿਹਗੜ੍ਹ ਸਾਹਿਬ ਤੋਂ। ਉਹ ਵੀ ਇਤਿਹਾਸਕ ਜਿਹੜਾ ਹੈਗਾ ਜੀ ਲੋਕ ਸਭਾ ਹਲਕਾ, ਉੱਥੋਂ ਦੇ ਲੋਕਾਂ ਨੇ ਵੀ ਪੂਰੀਆਂ ਵੋਟਾਂ ਪਾਈਆਂ ਅਤੇ ਖਾਲਸਾ ਜੀ ਬਣ ਗਏ ਫਿਰ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਮੈਂਬਰ ਬਣ ਗਏ। ਅਤੇ ਖਾਲਸਾ ਜੀ ਫਿਰ ਚਰਚਾ 'ਚ ਉਦੋਂ ਆ ਗਏ ਜੋ ਧਰਮਵੀਰ ਗਾਂਧੀ ਦੇ ਨਾਲ ਸਸਪੈਂਡ, ਇਹਨਾਂ ਨੂੰ ਵੀ ਕਰਤਾ। ਅਗਲੀ ਵਾਰੀ ਫਿਰ ਇਹ ਉਦੋਂ ਚਰਚਾ 'ਚ ਆਏ ਜਦੋਂ ਇਹਨਾਂ ਨੇ ਸਪੀਕਰ ਨੂੰ ਕਹਿਤਾ ਸੀ ਜੀ ਮੇਰੀ ਸੀਟ ਭਗਵੰਤ ਮਾਨ ਨਾਲੋਂ ਪਾਸੇ ਕਰ ਦਿੱਤੀ, ਕਿਉਂਕਿ ਕਹਿੰਦੇ ਭਗਵੰਤ ਮਾਨ ਦੀ ਰਾਤ ਨੂੰ ਦਾਰੂ ਪੀਤੀ ਹੁੰਦੀ ਅਤੇ ਮੈਨੂੰ ਦਿਨੇ ਬੋ ਮਾਰਦੀ, ਹਵਾੜ ਆਉਂਦੀ, ਹਵਾੜ ਆਉਂਦੀ ਹੈ, ਹਵਾੜ ਤਾਂ ਉਹਨੂੰ ਆਉਂਦੀ ਸੀ, ਮਤਲਬ ਇਹਨੂੰ ਬੋ ਮਾਰਦੀ ਸੀ ਇਹਦੇ 'ਚ। ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਸੋਚਿਆ ਵੀ ਗੱਲ ਠੀਕ ਹੈ। ਹੁਣ ਖਾਲਸਾ ਜੀ ਕਹਿੰਦੇ ਵੀ ਜਿਹੜੇ ਖਾਲਸਾ ਜੀ ਨੇ ਆਪਰੇਸ਼ਨ ਬਲਿਊ ਸਟਾਰ ਦੇ ਖਿਲਾਫ ਅਸਤੀਫਾ ਦਿੱਤਾ ਸੀ ਜੀ, ਉਸ ਆਪਰੇਸ਼ਨ ਬਲਿਊ ਸਟਾਰ ਦੀ ਜੇ ਆਪਾਂ ਹਕੀਕਤ ਜਾਣੀਏ ਕੀਤਾ ਕਿਹਨੇ ਅਤੇ ਕਰਵਾਇਆ ਕਿਹਨੇ, ਉਹ ਆਪਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ। ਉਹ ਤੁਸੀਂ ਚੱਕ ਲਓ ਜੀ ਮਾਈ ਕੰਟਰੀ ਮਾਈ ਲਾਈਫ ਇੱਕ ਕਿਤਾਬ ਹੈ, ਬੜਾ ਕੁਛ ਉਹਦੇ 'ਚ ਤਾਂ, ਉਹ ਅਡਵਾਨੀ ਸਾਹਿਬ ਦੀ ਕਿਤਾਬ ਹੈ, ਲਾਲ ਕ੍ਰਿਸ਼ਨ ਅਡਵਾਨੀ ਦੀ। ਉਹਦੇ ਵਿੱਚ ਉਹ ਕਹਿੰਦੇ ਆ ਕਿ ਇੰਦਰਾ ਗਾਂਧੀ ਆਪਰੇਸ਼ਨ ਬਲਿਊ ਸਟਾਰ ਨਹੀਂ ਸੀ ਕਰਨਾ ਚਾਹੁੰਦੀ। ਇਹ ਤਾਂ ਕਹਿੰਦੇ ਕਿਉਂਕਿ ਮੈਂ ਪ੍ਰਧਾਨ ਸੀ ਉਸ ਵੇਲੇ ਭਾਰਤੀ ਜਨਤਾ ਪਾਰਟੀ ਦਾ, ਮੈਂ ਮੇਰੇ ਵੱਲੋਂ ਅਤੇ ਮੇਰੀ ਪਾਰਟੀ ਵੱਲੋਂ ਜਿਹੜਾ ਉਹਨਾਂ 'ਤੇ ਦਬਾਅ ਬਣਾਇਆ ਗਿਆ ਸੀ ਉਸੇ ਕਰਕੇ ਹੋਇਆ। ਉਸ ਦਬਾਅ ਦੇ ਚੱਲਦਿਆਂ ਕਹਿੰਦੇ ਵੀ ਉਹਨੇ ਫਿਰ ਆਪਰੇਸ਼ਨ ਬਲਿਊ ਸਟਾਰ ਕੀਤਾ, ਉਹਨਾਂ ਨੇ ਆਪਣਾ ਗੁਨਾਹ ਮੰਨ ਲਿਆ। ਜੇ ਪਾਰਲੀਮੈਂਟ ਦਾ ਰਿਕਾਰਡ ਕੱਢ ਕੇ ਦੇਖੀਏ, ਖਾਲਸਾ ਜੀ ਵੀ ਉਹਦੇ ਮੈਂਬਰ ਰਹੇ, ਜ਼ਰੂਰ ਉਹ ਗਏ ਹੋਣਗੇ ਲਾਇਬ੍ਰੇਰੀ 'ਚ ਪਾਰਲੀਮੈਂਟ, ਉਹਨਾਂ ਨੇ ਜ਼ਰੂਰ ਦੇਖਿਆ ਉਹਨੇ। ਤਾਂ ਫਿਰ ਤੁਸੀਂ ਦੇਖੋ ਕਿ ਆਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਜਦੋਂ ਪਾਰਲੀਮੈਂਟ ਦਾ ਸੈਸ਼ਨ ਜੁੜਦਾ ਅਤੇ ਉੱਥੇ ਵਿਰੋਧੀ ਧਿਰ ਦੇ ਉਸ ਵੇਲੇ ਦੇ ਆਗੂ ਅਟਲ ਬਿਹਾਰੀ ਵਾਜਪਾਈ, ਅਟਲ ਬਿਹਾਰੀ ਵਾਜਪਾਈ ਕਹਿੰਦੇ ਆ ਇੰਦਰਾ ਗਾਂਧੀ ਨੂੰ, ਕਹਿੰਦੇ ਤੂੰ ਕੰਮ ਤਾਂ ਕੀਤਾ ਠੀਕ, ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਕੀਤਾ ਠੀਕ, ਪਰ ਬੀਬੀ ਥੋੜ੍ਹੀ ਜੀ ਕਹਿੰਦੀ ਤੂੰ ਲੇਟ ਹੋ ਗਈ, ਇਹ ਕੰਮ ਪਹਿਲਾਂ ਕਰ ਦੇਣਾ ਚਾਹੀਦਾ ਸੀ। ਹੁਣ ਖਾਲਸਾ ਜੀ ਉਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਸੋ ਹੁਣ ਮੈਨੂੰ ਦਾਨੇੜੀਆ ਸਾਹਿਬ ਜਿਹੜੀਆਂ ਗੱਲਾਂ ਉਦੋਂ ਲੱਗਦੀਆਂ ਸੀ ਨਾ ਵੀ ਉਹਨਾਂ 'ਤੇ ਇਲਜ਼ਾਮ ਲਾਏ ਜਾ ਰਹੇ ਜੀ, ਅੱਜ ਉਹ ਗੱਲਾਂ ਸੱਚੀਆਂ ਲੱਗਦੀਆਂ, ਕਿਉਂਕਿ ਜਿਸ ਬੰਦੇ ਨੂੰ ਆਪਰੇਸ਼ਨ ਬਲਿਊ ਸਟਾਰ ਕਰਵਾਉਣ ਵਾਲੀ ਪਾਰਟੀ ਦੇ ਵਿੱਚ ਜਾਣ ਤੋਂ ਕੋਈ ਗੁਰੇਜ਼ ਨਹੀਂ ਜੀ, ਉਹ ਬੰਦਾ ਆਪਰੇਸ਼ਨ ਬਲਿਊ ਸਟਾਰ ਦੇ ਖਿਲਾਫ ਉਹਦੀ ਜ਼ਮੀਰ ਇੰਨੀ ਜਾਗ ਪਈ ਅਸਤੀਫਾ ਦੇ ਦੇ, ਫਿਰ ਗੱਲ ਹੈ ਵੀ ਅਸਤੀਫੇ ਦਾ ਕਾਰਨ ਵੀ ਕੋਈ ਹੋਰ ਹੋਰ ਸੀਗਾ, ਜਿਹੜੇ ਉਦੋਂ ਇਲਜ਼ਾਮ ਲੱਗਦੇ ਸੀ ਉਹ ਗੱਲ ਸਹੀ ਹੈ।
ਹੁਣ ਕਈ ਹੋਰ ਗੱਲਾਂ ਆ ਰਹੀਆਂ ਜੀ ਕਿ ਖਾਲਸਾ ਜੀ ਨੂੰ, ਕਿਉਂਕਿ ਇਸ ਵੇਲੇ ਕੈਂਡੀਡੇਟਸ ਦਾ ਕਾਲ ਪਿਆ ਹੋਇਆ, ਹਾਂ ਇਹ ਵੀ ਬੜਾ ਮੁਸ਼ਕਲ, ਭਾਰਤੀ ਜਨਤਾ ਪਾਰਟੀ ਨੂੰ ਵੀ ਕੈਂਡੀਡੇਟਸ ਦੀ ਪ੍ਰੋਬਲਮ ਆਈ ਪਈ ਹੈ ਤੇ ਕੈਂਡੀਡੇਟਸ ਦੀ ਪ੍ਰੋਬਲਮ ਅਕਾਲੀ ਦਲ ਨੂੰ ਵੀ ਆਈ ਪਈ ਹੈ ਜੀ। ਭਾਰਤੀ ਜਨਤਾ ਪਾਰਟੀ ਦੇ ਹੁਣ ਇੱਕ ਕੈਂਡੀਡੇਟ ਦੀ ਆਪਾਂ ਗੱਲ ਕਰ ਲਈਏ ਤੇ ਉਹ ਕੈਂਡੀਡੇਟ ਹੈਗੀ ਹੈ ਜੀ ਅੰਮ੍ਰਿਤਸਰ ਤੋਂ, ਅੰਮ੍ਰਿਤਸਰ ਤੋਂ ਪਹਿਲਾਂ ਪੂਨਮ ਢਿੱਲੋਂ ਜੀ ਫਿਲਮੀ ਐਕਟਰੈਸ ਦਾ ਨਾਂ ਲਿਆ, ਫਿਰ ਕਹਿੰਦੇ ਜੀ ਸਰਵੇ ਵਗੈਰਾ ਕਹਿੰਦੇ ਫੀਡਬੈਕ ਮਿਲੀ ਹੈ ਵੀ ਇਹ ਤਾਂ ਬੈਕਫਾਇਰ ਕਰ ਸਕਦਾ ਨਾ ਜੀ, ਉਹਨੂੰ ਪਾਸੇ ਕੀਤਾ, ਫਿਰ ਕਹਿੰਦੇ ਜੀ ਹੁਣ ਕੀ ਕਰੀਏ, ਹਰਦੀਪ ਪੁਰੀ ਹੋਣਾਂ ਦਾ ਨਾਂ ਆ ਗਿਆ, ਹਰਦੀਪ ਪੁਰੀ ਹੋਣੀ ਵੀ ਖਾਲਸਾ ਜੀ ਦੇ ਨਾਲ ਹੀ ਸੀ, ਉਸੇ ਸਰਵਿਸ ਦੇ ਵਿੱਚ ਇਹ ਸੀ, ਇਹ ਵੀ ਆਈ ਐਫ ਐਸ ਸੀ, ਉੱਥੋਂ ਛੱਡ ਕੇ ਆਏ ਹੈ, ਚਲੋ ਹੁਣ ਕਹਿੰਦੇ ਜੀ ਸ਼ਾਇਦ ਖਾਲਸਾ ਜੀ ਨੂੰ ਖੜਾ ਕਰ ਦੇਣ ਜੀ। ਲੇਕਿਨ ਦੋ ਕੁ ਦਿਨ ਪਹਿਲਾਂ ਇੱਕ ਰਿਪੋਰਟ ਮੈਂ ਦੇਖੀ ਸੀ, ਅੱਜ ਵੀ ਹੈਗੀ ਰਿਪੋਰਟ, ਉਹ ਹੈ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਆ ਜੀ। ਹਿੰਦੁਸਤਾਨ ਟਾਈਮਸ ਦੇ ਵਿੱਚ ਰਿਪੋਰਟ ਸਾਡੇ ਬਹੁਤ ਹੀ ਅਜ਼ੀਜ਼ ਪੱਤਰਕਾਰ ਹੈ ਵਾਸੂਦੇਵਾ ਰਵਿੰਦਰ, ਰਵਿੰਦਰ ਨੇ ਦੋ ਕੁ ਦਿਨ ਪਹਿਲਾਂ ਇੱਕ ਖਬਰ ਲਿਖੀ ਸੀ ਜੀ, ਉਸ ਖਬਰ ਦੇ ਮੁਤਾਬਕ ਉਹ ਕਹਿੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਕਸ਼ਮਕਸ਼ ਚੱਲੀ ਜਾ ਰਹੀ ਹੈ ਕਿ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ ਨੂੰ ਟਿਕਟ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਵੀ ਉਹਨਾਂ ਨੂੰ, ਕਿਉਂਕਿ ਪਹਿਲਾਂ ਜਿਹੜੀ ਕਹਿੰਦੇ ਵੀ ਪਿਛਲੀ ਵਾਰੀ ਵੀ ਮਾਰਜਨ ਥੋੜ੍ਹਾ ਸੀ ਅਤੇ ਹੁਣ ਜਿਹੜਾ ਉੱਥੋਂ ਭਾਵੇਂ ਵਿਜੇ ਸਾਂਪਲਾ ਜੀ ਇਹ ਦਾਅਵਾ ਕਰਦੇ ਆ, ਔਰ ਹੈ ਵੀ ਹਕੀਕਤ ਕਿ ਆਦਮਪੁਰ ਦੇ ਜਿਹੜਾ ਹੈਗਾ ਸਿਵਲ ਏਅਰਪੋਰਟ ਜੀ ਜਿੱਥੇ ਉੱਥੇ ਆਪਣੀ ਜਿਹੜੀ ਘਰੇਲੂ ਉਡਾਣਾਂ ਦੀ ਫੈਸਿਲਿਟੀ ਉਹਨਾਂ ਨੇ ਦਵਾਈ ਹੈ, ਛੋਟੀ ਗੱਲ ਨਹੀਂ ਵੱਡੀ ਗੱਲ, ਬਹੁਤ ਵੱਡੀ ਗੱਲ, ਇਹ ਕਹਿੰਦੇ ਉਹਨਾਂ ਦੀ ਪ੍ਰਾਪਤੀ ਹੈਗੀ, ਬਾਵਜੂਦ ਇਸ ਪ੍ਰਾਪਤੀ ਦੇ ਨੈਗੇਟਿਵ ਨੰਬਰ ਵਾਲੇ ਹੈ, ਨਾ ਪੱਖੀ ਨੰਬਰ ਵਾਲੇ, ਅਤੇ ਉਹ ਜਿੱਤਦੇ ਨਹੀਂ ਦਿਖਦੇ। ਇਹਨਾਂ ਹਾਲਤਾਂ ਦੇ ਵਿੱਚ ਫਿਰ ਮੇਰਾ ਖਿਆਲ ਹੈ ਜੀ ਇਹ ਹੋ ਸਕਦਾ ਜੀ ਅੰਮ੍ਰਿਤਸਰ ਸਾਹਿਬ ਦੇ ਉੱਤੇ ਨਾ ਸਹੀ ਜੀ ਤਾਂ ਫਿਰ ਉਹ ਰਿਜ਼ਰਵ ਕੰਸਟੀਚੁਸੀ ਹੈ ਅਤੇ ਖਾਲਸਾ ਜੀ ਨੂੰ ਉਸ ਰਿਜ਼ਰਵ ਕੰਸਟੀਚੁਸੀ ਦੇ ਉੱਤੇ ਖੜਾ ਕਰਨ ਦੀਆਂ ਗੱਲਾਂ ਵੀ ਚੱਲ ਰਹੀਆਂ। ਜੇ ਆਪਾਂ ਉੱਥੇ ਗੱਲ ਕਰੀਏ ਤਾਂ ਉੱਥੇ ਖਾਲਸਾ ਜੀ ਨੂੰ ਸਫਲਤਾ ਕਿੰਨੀ ਕੁ ਮਿਲਣੀ ਹੈ ਜੀ, ਮੇਰਾ ਖਿਆਲ ਆ ਉਹ ਆਪਣੇ ਇੱਕ ਗੀਤ ਹੁੰਦਾ ਸੀ ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਲੇ, ਉਹ ਲੇਖ ਤਾਂ ਹੁਣ ਨਾਲ ਹੀ ਜਾਣਗੇ ਕਿਉਂਕਿ ਲੇਖ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵੀ ਕੋਈ ਚੰਗੇ ਨਹੀਂ, ਲੇਖ ਉਹਨਾਂ ਦੇ ਵੀ ਮਾੜੇ, ਅਤੇ ਜਿਹੜਾ ਬੰਦਾ ਆਪਦੀ ਪਾਰਟੀ ਦੇ ਵਿੱਚੋਂ ਸਸਪੈਂਡਡ ਸੀ ਉਹ ਛੱਡ ਕੇ ਆਇਆ ਅਤੇ ਜਾ ਕੇ ਜਮਾਤ ਉਸ ਨਾਲ ਰਲ ਗਿਆ ਜਿਹੜੀ ਜਮਾਤ ਕਹਿੰਦੇ ਕਿ ਇੰਦਰਾ ਗਾਂਧੀ ਨੇ ਇਹ ਕੁਕਰਮ ਕਰਦੀ ਸੀ ਆਪਰੇਸ਼ਨ ਬਲੂ ਸਟਾਰ, ਇਹ ਤਾਂ ਕਰਵਾਇਆ ਸੀ। ਇਸ ਕਰਕੇ ਖਾਲਸਾ ਸਾਹਿਬ ਦੀ, ਚਲੋ ਖਾਲਸਾ ਹੀ ਸਰੂਪ ਨੂੰ ਤਾਂ ਆਪਾਂ ਨਹੀਂ ਮਾੜਾ ਕਹਿ ਸਕਦੇ, ਲੇਕਿਨ ਜਿਹੜੀ ਮਨਸ਼ਾ ਉਹ ਚੰਗੀ ਨਹੀਂ, ਉਹ ਚੰਗੀ ਨਹੀਂ, ਵੋਟਰਾਂ ਨਾਲ ਇੰਨਾ ਵੀ ਦਗਾ ਨਹੀਂ ਕਮਾ, ਬਿਲਕੁਲ ਕਮਾਉਣਾ ਚਾਹੀਦਾ।